करन आईया तो एक कसम चक्की है इत्थे आके कि जो हुण तक साडे देश विच होया राजनीति नूं लैके है ना भगत सिंह ने कुरबानी की देश नूं आज़ाद कराउण लई पर साडा देश अज भी आज़ाद ना हो सकिया गुलामी दीआं जंजीरां नूं जे असी उस टाइम गुलामी दीआं जंजीरां नूं तोड़ के आज़ादी लई तज असी मंत्रियां ने भ्रिष्टाचार दीआं जंजीरां ने जिहड़ा उह साडे देश नूं जकड़ लिया अपने आप च है ना खत्म करते असी धरती च जीरो करते सिर्फ असी कादे जोगे रह गए जी सिर्फ कल्ले शरदा दे फुल चढ़ाउण जोगे रह गए कदे अज तक किसी माँ ने यह नहीं कहा है कि मेरा पुत वड्डा हो के भगत सिंह बनूगा या मेरा पुत वड्डा हो के राजगुरु शहीद उधम सिंह इन्हां दे पाए हुए पूर्णियां ते चलूगा अज तक नहीं कदे होया हैगा पर मैं सोचदी हाँ कि साडियां मामा जिन्हां ने हुण तक अपनियां कुखां चों नौजवान योधे सूरवीरां नूं पैदा करिया सी अज उन्हां बीबियां दी भी अहम लोड़ है तां जो अपने पुत्तां नूं सही गाइड करन अपने धीआं पुत्तां नूं कि हाँ हुण आउण वाला टाइम पुत तुहाडे सिर ते आ ਤੁਸੀਂ ਇਸ ਦੇਸ਼ ਨੂੰ ਜਿਹੜਾ ਭ੍ਰਿਸ਼ਟਾਚਾਰ ਇਹ ਗੰਦੀਆਂ ਸਰਕਾਰਾਂ ਗੰਦੀ ਰਾਜਨੀਤੀ ਤੋਂ ਦੂਰ ਲੈ ਕੇ ਜਾਣਾ ਹੈ ਦੇਖੋ ਇਹ ਸਾਡੇ ਲਈ ਨਵੇਂ ਨਵੇਂ ਕਾਨੂੰਨ ਬਣਾ ਦਿੰਦੇ ਨੇ ਕਦੇ ਕੁਛ ਕਰ ਦਿੰਦੇ ਨੇ ਹੁਣ ਦੇਖੋ ਸਾਡੇ 'ਤੇ ਜਿਹੜਾ ਅੱਜ ਦੀ ਗੱਲ ਕਰਾਂ ਲੇਟੈਸਟ ਹੁਣ ਬਿਜਲੀ ਸੰਕਟ ਚੱਲ ਰਿਹਾ ਜੀ ਇਹਨਾਂ ਨੇ ਮਿੰਟ 'ਚ ਕਹਿਤਾ ਵੀ ਕੋਲਾ ਖਤਮ ਹੋ ਗਿਆ ਜੇ ਕੋਈ ਪੁੱਛੇ ਵੀ ਪੌਣੇ 5 ਸਾਲ ਪਹਿਲਾਂ ਕੋਲਾ ਕਿੱਥੋਂ ਆਉਂਦਾ ਸੀਗਾ 4 ਸਾਲ ਪਹਿਲਾਂ ਕਿੱਥੋਂ ਆਉਂਦਾ ਸੀ ਕੋਲਾ ਉਦੋਂ ਕਿਉਂ ਨਾ ਤੁਸੀਂ ਕਿਹਾ ਵੀ ਬਿਜਲੀ ਸੰਕਟ ਹੈ ਅੱਜ ਇਹਨਾਂ ਨੂੰ ਬਿਜਲੀ ਸੰਕਟ ਯਾਦ ਆ ਗਿਆ ਕਿਉਂ ਇਹ ਸਿਰਫ ਸਾਨੂੰ ਕਿਸਾਨਾਂ ਨੂੰ ਉੱਥੋਂ ਭਜਾਉਣ ਦੀਆਂ ਜਿਹੜੀਆਂ ਨੇ ਨੀਤੀਆਂ ਨੇ ਉਹ ਬਣਾ ਰਹੇ ਨੇ ਉਹ ਬਣਾਈ ਜਾਂਦੇ ਨੇ ਕਦੇ ਕਹਿੰਦੇ ਕੋਵਿਡ ਆ ਗਿਆ ਜੀ ਕਦੇ ਆਕਸੀਜਨ ਦੀ ਘਾਟ ਆ ਗਈ ਜੀ ਕਦੇ ਕੁਛ ਸਾਰਾ ਕਿਸਾਨਾਂ ਨੂੰ ਪਰ ਅਸੀਂ ਜਿਹੜੇ ਉਹ ਬਿੱਲ ਨੇ ਕਾਲੇ ਕਾਨੂੰਨ ਨੇ ਇਹਨਾਂ ਨੂੰ ਰੱਦ ਕਰਵਾ ਕੇ ਹੀ ਜਿਹੜੀ ਮੇਰੀ ਪਾਰਟੀ ਆ ਜਾਂ ਸਾਡੀ ਪਾਰਟੀ ਆ ਉਹ ਇਸੇ ਹੀ ਪਰਪਜ਼ ਨਾਲ ਬਣਾਈ ਗਈ ਆ ਕਿ ਸਭ ਤੋਂ ਪਹਿਲਾਂ ਤਾਂ ਜਿਹੜੇ ਕਿਸਾਨੀ ਦੇ ਜਿਹੜੇ ਬਿੱਲ ਨੇ ਨਾ ਕਾਲੇ ਕਾਨੂੰਨ ਇਹਨਾਂ ਮੰਤਰੀਆਂ ਨੇ ਗੰਦੀਆਂ ਸਰਕਾਰਾਂ ਨੇ ਬਣਾਏ ਉਹਨਾਂ ਨੂੰ ਖਤਮ ਕਰਨਾ ਹੈ ਅਤੇ ਇਹੋ ਜਿਹਾ ਕਾਨੂੰਨ ਬਣਵਾ ਦੇਣਾ ਕਿ ਮੁੜ ਕੇ ਕਦੇ ਇਹੋ ਜਿਹਾ ਗੰਦਾ ਕਾਨੂੰਨ ਕਦੇ ਕੋਈ ਰਹਿੰਦੀ ਦੁਨੀਆ ਤੱਕ ਬਣਾ ਹੀ ਨਾ ਸਕੇ ਤੁਹਾਡੀ ਜਿਹੜੀ ਪਾਰਟੀ ਆ ਪੰਜਾਬ ਦੇ ਵਿੱਚ ਚੋਣਾਂ ਲੜੇਗੀ ਜੀ ਸਾਰੀ ਸੀਟਾਂ 'ਤੇ ਲੜੇਗੀ ਬਿਲਕੁਲ ਜੀ ਬਿਲਕੁਲ ਦੇਖੋ ਜ਼ਰੂਰੀ ਨਹੀਂ ਹੁੰਦਾ ਵੀ ਸਾਰੀਆਂ ਸੀਟਾਂ 'ਤੇ ਚੋਣਾਂ ਲੜਨ ਨਾਲ ਤੁਸੀਂ MLA ਜਾਂ MPs ਬਣ ਜਾਓਗੇ ਗੱਲ ਤਾਂ ਲੜਨ ਦੀ ਆ ਗੱਲ ਤਾਂ ਉਮੀਦਵਾਰ ਅੱਛੇ ਉਮੀਦਵਾਰ ਆ ਤੁਸੀਂ ਕਿਹੜੀ ਸੀਟ ਤੋਂ ਲੜੋਗੇ ਮੈਂ ਪਟਿਆਲਾ 1-2 ਜੀ ਪਹਿਲਾਂ ਕਿਹਦੇ ਖਿਲਾਫ ਲੜੋਗੇ ਮੈਂ ਤਾਂ ਪਹਿਲਾਂ ਹੀ ਐਲਾਨ ਕਰ ਚੁੱਕੀ ਹਾਂ ਵੀ ਮੇਰੀ ਤਾਂ ਚੋਣ ਇੱਕ ਬੜੇ ਮਗਰਮੱਛ ਨਾਲ ਹੈ ਤੁਹਾਨੂੰ ਪਤਾ ਹੀ ਆ ਮੈਂ ਤਾਂ ਮਗਰਮੱਛ ਨਾਲ ਲੜਨਾ ਜੀ ਕੈਪਟਨ ਅਮਰਿੰਦਰ ਸਿੰਘ ਨਾਲ ਹੁਣ ਉਹ ਕਹਿੰਦੇ ਵੀ ਪਟਿਆਲਾ 2 ਤੋਂ ਨਵਜੋਤ ਸਿੰਘ ਸਿੱਧੂ ਦੀ ਘਰ ਵਾਲੀ ਖੜਾ ਤੀ ਮੈਂ ਕਿਹਾ ਚਾਹੇ ਹੋਰ ਖੜਾ ਦੋ ਕਿਰਾਣੀ ਮੈਨੂੰ ਕੋਈ ਟੈਨਸ਼ਨ ਨਹੀਂ ਮੈਨੂੰ ਹਾਰ ਜਾਂ ਜਿੱਤ ਨਾਲ ਕੋਈ ਮਤਲਬ ਨਹੀਂ ਮੈਂ ਤਾਂ ਸਿਰਫ ਤੁਹਾਨੂੰ ਜਗਾਉਣੀ ਆ ਹੱਕ ਸੱਚ ਲਈ ਖੜੀਆਂ ਤੇ ਖੜਦੀ ਰਹੂੰਗੀ ਹਮੇਸ਼ਾ ਇਹ ਨਹੀਂ ਕਿ ਮੈਂ ਹਾਰ ਜੂੰਗੀ ਜਾਂ ਮੈਂ ਜਿੱਤ ਜੂੰਗੀ ਮੈਨੂੰ ਇਸ ਗੱਲ ਦਾ ਮਤਲਬ ਹੀ ਨਹੀਂ ਜਸਮੀਨ ਜੀ ਤੁਸੀਂ ਕਿਸਾਨਾਂ ਦੇ ਨਾਲ ਖੜੇ ਹੋ ਲਖੀਮਪੁਰ 'ਚ ਜੋ ਘਟਨਾ ਹੋਈ ਹੈ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਬੜੀ ਸ਼ਰਮਿੰਦਗੀ ਦੀ ਗੱਲ ਹੈ ਬੜਾ ਦੁੱਖ ਲੱਗਦਾ ਦਿਲ ਰੋਂਦਾ ਸੀ ਦੇਖੋ ਜਦੋਂ ਵੀਡੀਓ ਦੇਖੀ ਹੈ ਨਾ ਕਿ ਕਿਵੇਂ ਮੈਂ ਦੇਖੋ ਮੈਂ ਇੱਕ ਗੱਲ ਪਹਿਲਾਂ ਵੀ ਕਹਿ ਚੁੱਕੀ ਹਾਂ ਅਤੇ ਹੁਣ ਵੀ ਕਹਿ ਰਹੀ ਹਾਂ ਨਾ ਕਿ ਅਸੀਂ ਕਾਲੇ ਕਾਨੂੰਨ ਆ ਜਿਹੜੇ ਉਹ ਰੱਦ ਕਰਵਾ ਲਾਂਗੇ ਖਤਮ ਹੋ ਜਾਣਗੇ ਕਾਲੇ ਕਾਨੂੰਨ ਅੱਜ ਨਾ ਕੱਲ੍ਹ ਤਾਂ ਅਸੀਂ ਕਰਵਾ ਲਾਂਗੇ ਪਰ ਕੀ ਅਸੀਂ ਉਸ ਮਾਂ ਦਾ ਪੁੱਤ ਲਿਆ ਕੇ ਦੇ ਸਕਦੇ ਹਾਂ ਕੀ ਅਸੀਂ ਉਹ ਭੈਣ ਦਾ ਭਰਾ ਲਿਆ ਕੇ ਦੇ ਸਕਦੇ ਹਾਂ ਨਹੀਂ ਦੇ ਸਕਦੇ ਨਾ ਜੀ ਅਸੀਂ ਇੰਨਾ ਖੂਨ ਦਾ ਬਦਲਾ ਅਸੀਂ ਖੂਨ ਨਾਲ ਹੀ ਲਵਾਂਗੇ ਪੈਸੇ ਨਾਲ ਨਹੀਂ ਲਵਾਂਗੇ ਇਹ ਕਹਿੰਦੇ ਨੇ 50 ਲੱਖ ਰੁਪਈਆ ਲੈ ਲਓ ਪਰਚਾ ਰੱਦ ਕਰਾ ਦਿਉ ਇਹ ਕਰ ਦਿਉ ਅਸੀਂ ਨਹੀਂ ਜੀ ਅਸੀਂ ਦੇਵਾਂਗੇ 50 ਲੱਖ ਰੁਪਈਆ ਇਹ ਆਪਣੇ ਮਰਵਾਉਣ ਐਵੇਂ ਜਿਵੇਂ ਸਾਡਿਆਂ ਨੂੰ ਮਾਰਿਆ ਗਿਆ ਨਾ ਸਾਡੇ ਵੀਰਾਂ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਐਵੇਂ ਆਪਣੇ ਬੱਚੇ ਮਰਵਾਉਣ ਸਾਡੇ ਤਾਂ ਕਾਲਜੀ ਠੰਡ ਤਾਂ ਪੈਣੀ ਹੈ ਜੀ ਥੈਂਕ ਯੂ ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ ਦੁਨੀਆਂ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ ਮੇਰੇ ਕਿਤੇ ਨੂੰ ਕੋਈ ਕੱਟ ਨਹੀਂ ਸਕਦਾ ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਤੀ ਪਤਨੀ 'ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਬੁਰੇ ਸੁਪਨੇ ਵਿਦੇਸ਼ ਯਾਤਰਾ ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ ਬਿਮਾਰੀ 'ਚ ਦਵਾ ਨਾ ਲੱਗਣਾ ਵਸ਼ੀਕਰਨ ਇੱਕ ਸੱਚਾਈ ਹੈ ਵਸ਼ੀਕਰਨ ਕਰਵਾਓ ਮਨ ਚਾਹ ਪਿਆਰ ਪਾਓ ਕੀ ਤੁਹਾਡੀ ਕਿਸਮਤ 'ਚ ਲਾਟਰੀ ਦਾ ਯੋਗ ਹੈ ਜਾਂ ਨਹੀਂ ਸੱਚਾਈ ਜਾਣੋ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ ਜਾਂ ਕਹਿਣੇ ਤੋਂ ਬਾਅਦ ਤੁਰੰਤ ਸੰਪਰਕ ਕਰੋ ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ ਅਲੀਸ਼ਾ ਬੇਗਮ ਵਰਲਡ ਫੇਮਸ ਬਾਬਾ ਸਲੀਮ ਖਾਨ 21 ਵਾਰ ਗੋਲਡ ਮੈਡਲਿਸਟ ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਯੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ ਜਿਵੇਂ ਚਾਹੋਗੇ ਉਵੇਂ ਹੋਏਗਾ ਇਟਸ ਮਾਈ ਪ੍ਰੋਮਿਸ ਇਮੀਡੀਏਟਲੀ ਰਿਜ਼ਲਟ ਓਪਨ ਚੈਲੰਜ ਇਲਮਾ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ ਵਸ਼ੀਕਰਨ ਅਤੇ ਮੁੱਠ ਕਰਨੀ ਲਵ ਮੈਰਿਜ ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ ਪੱਕਾ ਕੰਮ ਪੱਕਾ ਹੱਲ 101% ਗਰੰਟੀ ਅਸ਼ਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ 'ਚ ਪਰੇਸ਼ਾਨੀ ਘਰ 'ਚ ਝਗੜਾ ਕੋਰਟ ਕੇਸ ਤਲਾਕ ਪ੍ਰਾਪਰਟੀ ਝਗੜਾ ਪਤੀ ਪਤਨੀ ਚਨਪਨ ਜਾਂ ਦੁਟੋਨਾ ਮਨਮੋਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ ਰੁੱਸੇ ਨੂੰ ਮਨਾਉਣਾ ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467 ਜੋ ਕੌਮ ਇਤਿਹਾਸ ਨੂੰ ਸੰਭਾਲ ਕੇ ਰੱਖਦੀ ਹੈ ਉਹ ਕੌਮ ਅਣਖ ਨਾਲ ਜਿਉਂਦੀ ਹੈ
नौजवानी दे विच क्रांति हुंदी है। भगत सिंह नूं देखना पएगा, नौजवानां नूं उहदी सोच नूं देखना पएगा, क्रांति लियाउणी पएगी देश दे विच। शहीदां दीआं कुर्बानियां नूं याद रखांगे तां ही बनेगा उहनां दे सुपनिआं दा देश। पंजाब दे मुख मंत्री चरणजीत सिंह चन्नी दी सोच पंजाब अते पंजाब दे लोकां दे उज्जवल भविख नूं समर्पित है। पंजाब दी सरकार लोकां दी सरकार।